ਕਿੰਨੀ ਦੇਰੀ ਹੋ ਗਈ, ਜਮਾਨਾ ਕਲਾਇੰਟ ਨਹੀਂ ਕੋਈ ਆ ਰਿਹਾ, ਪਤਾ ਨਹੀਂ ਸਾਡੇ ਕੇਸ ਡਾਊਨ ਹੋ ਗਏ ਆ। ਖਾਤਾ ਖੋਲ ਦੇਖ ਕੀ ਇਹ ਚ ਖਾਤਾ ਰਾਸ਼ਨ ਆ ਜੀ। ਮਸਤੀਆਂ ਨਹੀਂ ਨਾ ਕਰੇ, ਅਗਰ ਖਾਤਾ ਦੇ ਕਿੰਨਾ ਕਿੰਨਾ ਕੋ ਪੈਸੇ ਲੈਣੇ ਆਪਾਂ। ਸਾਹਿਬ ਜੀ ਮੈਨੂੰ ਵੀ ਰੋਜ਼ੀ ਰੋਟੀ ਚਾਹੀਦੀ ਆ, ਕੋਈ ਮੈਨੂੰ ਜਾਸ ਕਰ ਦੋ, ਮੈਂ ਵੀ ਕੇਸ ਕੂਸ ਲੜਿਆ ਕਰਾਂ। ਤੇਰੀ ਹਲੇ ਉਮਰ ਨਹੀਂ ਗਈ, ਨਾਲੇ ਤੂੰ ਚੋਵਾ ਰੋਜ਼ੀ ਰੋਟੀ ਚਾਹੀਦੀ ਤੈਨੂੰ। ਸਾਹਿਬ ਜੀ ਕੋਈ ਵੀ ਖਰਚਾ ਹੋ ਜਾ ਦਿੰਦੇ ਆ, ਦਿਨ ਜੱਜ ਦੀ ਤਨਖਾਹ ਦੇ ਦੇ ਆ ਕਰਾਂ। ਸਾਹਿਬ ਜੀ ਹੁਣ ਕੀ ਕਰ ਸਕਦੇ ਆ, ਬਾਲ ਬੱਚੇ ਹੈ ਵਾ ਭੈਣ ਜੀ, ਲੋਕਾਂ ਦੇ ਨਹੀਂ ਲੋਕਾਂ ਦੇ ਨਹੀਂ ਆਪਣੇ। ਉਹਦੇ ਆਪ ਬੱਚੇ ਉਹਦੇ ਬਾਹਰ ਕੌਣ ਆਇਆ ਵਾ ਕੈਸੇ ਬਹੁਤ ਮਜਬੂਰ ਆ ਜੀ, ਯਕੀਨ ਕਰੋ ਮਜਬੂਰੀਆਂ ਨਾਲ ਦੇ ਹੀ ਕਰਦੇ ਨੇ, ਛੱਡਣਾ ਵੀ ਲੱਗਦੇ ਨੇ। ਆਪਣਾ ਵਕੀਲ ਸਾਹਿਬ, ਸੱਤ ਭਰਾ, ਸਾਡੇ ਦੋਵਾਂ ਭਰਾਵਾਂ ਨਾਲ ਧੱਕਾ ਹੋ ਗਿਆ ਆ, ਤੁਹਾਡੇ ਨਾਲ ਪਦੈਸ਼ੀ ਧੱਕਾ ਹੋ ਗਿਆ, ਤੁਹਾਡੇ ਅੱਬੇ ਨੇ ਕੀਤਾ, ਸੱਤ ਭਰਾ ਜੰਮ ਗਏ। ਤੁਹਾਨੂੰ ਕਿੱਦਾਂ ਪਤਾ ਜੀ? ਆਪਣੇ ਭਰਾਵਾਂ ਤੇ ਕੇਸ ਦੇਣਾ, ਯਾਨੀ ਕਿ ਉਹ ਕੇਸ ਤੁਹਾਡਾ ਲੜਨਾ। ਹਾਂਜੀ, ਮੇਰੇ ਕੋਲ ਤੇ ਬੋਲਿਆ ਨੀ ਜਾ ਰਿਹਾ ਵਕੀਲ ਸਾਹਿਬ, ਉੱਡਿਆ ਨੀ ਹਾਏ ਵਕੀਲ ਸਾਹਿਬ, ਕੇਸ ਲੜਨਾ ਇੱਥੇ ਲੜਨਾ ਕਿ ਬਾਹਰ ਜਾ ਕੇ ਹੋ ਗਿਆ ਜੀ? ਬਾਹਰ ਤੇ ਅਸੀਂ ਲਾੜਾ ਆ, ਬਾਹਰ ਕਿਹੜੇ ਕੁੱਤੇ ਬੈਠੇ ਆ ਜਿਹਨੇ ਉਹਨਾਂ ਲੜਨਾ। ਇਹ ਵੀ ਕੁੱਤਾ ਹੀ ਆ, ਉਹ ਅਸੀਂ ਤਨਖਾਹ ਨਹੀਂ ਦਿੱਤੀ ਤੇ ਬਦਤਮੀਜ਼ੀ ਕਰਦਾ, ਥੱਲੇ ਬਹਿ ਤੇ ਬੜਾ ਗੰਦਾ ਕਲਾਇੰਟ ਹੈ ਤੁਹਾਡਾ ਜਿਹੜਾ, ਐਤਕੀ ਬਸ ਪਗਾਰ ਨਹੀਂ ਨਾ ਦਿੱਤੀ। ਅੱਛਾ ਪਗਾਰ ਕਰੋ, ਹੱਥ ਜੋੜ ਕੇ ਬਿੰਦੀ ਆ, ਹੱਥ ਨਾ ਜੋੜ, ਕੋਈ ਚਾਰ ਪੈਸੇ ਜੋੜ, ਕੋਈ ਘਰ ਦੇ ਤੇਰੇ ਬਾਰੇ ਸੋਚਣ। ਵਕੀਲ ਸਾਹਿਬ ਅਸੀਂ ਸੱਤ ਭਰਾ, ਸਭ ਤੋਂ ਛੋਟੇ, ਮੈਂ ਤੋਂ ਵੱਡਾ, ਮੇਰੇ ਤੋਂ ਛੋਟਾ, ਬਹੁਤ ਮਜਬੂਰ, ਬੜੇ ਮਜਬੂਰ ਹੋ ਗਏ। ਮਜਬੂਰ ਹੋ ਗਿਆ ਆ ਆਪਾਂ, ਇਹਨੇ ਸਾਡੀ ਨੇ ਨਾ ਪਿੱਛੇ ਜੇ ਬੜਾ ਵੱਡਾ ਕੇਸ ਬਣ ਗਿਆ, ਵਿਚਾਰਾ ਗਵਾਂਢੀਆਂ ਦੀ ਕੁੜੀ ਚੋਰੀ ਕਰ ਬੈਠਾ। ਕੇਸ ਵਕੀਲ ਸਾਹਿਬ ਅਸੀਂ ਤੇ ਵੱਡਾ ਕੇਸ ਬਣ ਗਿਆ, ਵਕੀਲ ਸਾਹਿਬ ਅਸੀਂ 250 ਦੇ ਕੇ ਜਾਂਚ ਲਾਈ ਉਹਨਾਂ ਨੂੰ ਹੱਥ ਜੋੜ ਕੇ, ਬੜੇ ਪੈਸੇ ਦਿੱਤੇ ਆ ਜੀ, ਸ਼ਾਮੀ ਤੇ ਭਾਰੀ ਆ ਜੀ। ਮਾਸ਼ਾਅੱਲਾ ਸੱਤ ਭਰਾ ਤੇ ਹਿੱਸੇ ਵੰਡੇ ਗਏ ਆ, ਹੁਣ ਜੇ ਤਕਰੀਬਨ ਥੋੜ੍ਹਾ ਦੇਰੀ ਹੋਈ ਹੈ, ਹਿੱਸੇ ਨਾਲ ਉਹਨਾਂ ਨੇ ਵੰਡ ਦਿੱਤੇ ਤੇ ਸਾਡੇ ਹਿੱਸੇ ਤੋਂ ਮੈਂ ਭਰਾਵਾਂ ਦੇ ਇੱਕ ਮੁਰਗੀ ਆ ਜੀ, ਤੇ ਅਸੀਂ ਆਪਸ ਲੜ ਲੜ ਕੇ ਨਾ ਮਰਨ ਰਹੇ ਹਾਂ, ਤੇ ਕਿਸੇ ਬੰਦੇ ਤੁਹਾਡੇ ਬਾਰੇ ਦੱਸਿਆ ਵਾ ਕਿ ਉਹ ਹੱਲ ਕਰ ਸਕਦਾ ਇਸ ਬਾਰੇ? ਹਾਂਜੀ ਮੁਰਗੀ ਦਾ ਹੱਲ ਕੱਢ ਹੋਈ ਵਕੀਲ ਸਾਹਿਬ, ਪਤਾ ਗੱਲ ਕੀ ਆ, ਇਹ ਛੋਟਾ ਬੱਚਾ ਨਦਾਨ ਆ, ਇਹਨੂੰ ਵਿਚਾਰੇ ਨੂੰ ਹਜੇ ਏਡਾ ਹੀ ਜ਼ਿਆਦਾ ਨਹੀਂ ਪਤਾ। ਦਰਅਸਲ ਅਸੀਂ ਸੱਤ ਭਰਾ ਵਾਂ, ਅਸਾਬਲਾ ਏਡੀ ਵੱਡੀ ਮੁਰਗੀ ਚੋ ਇਹਨੂੰ ਕੀ ਹੁੰਦਾ ਤੇ ਉਹਨੂੰ ਕੀ ਹੁੰਦਾ, ਹਿਸਾਬ ਕਰਨਾ ਥੋੜ੍ਹਾ ਜਿਹਾ ਔਖਾ। ਨਹੀਂ, ਉਹ ਤੇ ਇਹਨੇ ਭਰਾ ਛੋਟੇ ਨੇ ਚੋਰੀ ਕੀਤੀ, ਉਹ ਖੈਰ 150 ਦੀ ਵੇਚੀ ਤੇ 100 ਮੈਂ ਆਪਣੇ ਪੱਲਿਓ ਪਾ ਕੇ 250 ਦਾ ਜਿਹੜਾ ਵਾ ਕੇਸ ਰਫਾ ਦਫਾ ਕਰਾਇਆ। ਵਕੀਲ ਸਾਹਿਬ ਇਹ ਛੱਡੋ, ਮੇਰੇ ਕੋ ਕੀ ਲੈਣ ਆਏ ਇੱਥੇ? ਵਕੀਲ ਸਾਹਿਬ ਤੁਸੀਂ ਮੇਰੀ ਗੱਲ ਤਾਂ ਸੁਣੋ, ਨਦਾਨ ਅਸੀਂ ਸੱਤ ਭਰਾ ਵਾ ਤੇ ਸਾਡੇ ਦੋਵਾਂ ਭਰਾਵਾਂ ਦੇ ਹਿੱਸੇ ਕੁੜੀ ਆਈ ਆ,
ਤੇ ਸਵਾਰੀਆਂ ਢੋ ਲਿਆ ਕਰੋ ਤੇ ਕੁੱਕੜੀ ਬਹੁਤ ਵੱਡੀ ਹੁੰਦੀ ਆ ਹਨਾ ਕੁੱਕੜੀ ਭਾਈ ਕਿੰਨੀ 2.5 ਕਿਲੋ ਦੀ ਕੁੱਕੜੀ ਤੇ ਸੁਬਾਹ ਨੂੰ ਤੂੰ ਚਲਾ ਲਿਆ ਕਰੀ ਸ਼ਾਮ ਨੂੰ ਵੀ ਕੋਈ 4 ਪੈਸੇ ਬਚਿਆ ਕਰਨਗੇ ਉਹ ਤੁਹਾਡੇ ਚੁੱਲਾ ਚੌਂਕਾ ਚੱਲੇਗਾ ਤੁਹਾਡੇ ਤੋਂ ਉਹ ਹੀ ਅਗਰ ਕੁੱਕੜੀ ਦੀ ਬਰਿਆਨੀ ਬਣਾਈ ਹੋਵੇ ਨਾ ਤੁਸੀਂ ਪੱਟ ਵੇਖ ਕੇ ਸਭ ਤੋਂ ਪਹਿਲਾਂ ਉਹਦੀ ਮਾਲਿਸ਼ ਕਰਨੀ कणक बीजी 10-7 पैले बीजिया दरियाए रावी नी दरिया रावी साडे वेहड़े विचों लंघ दी जिथों तक तेरी नजर जांदी ना जमीना ते ओ सारी लोकां दी आ ते जिथों नजरों हट जांदा उतों अगले बंदे अपनी शुरू हो जांदी आ इन्नी जमीन आ ਇੰਨੀ ਜ਼ਮੀਨ ਆ ਤੁਹਾਡੀ ਹਾਂਜੀ ਤੇ ਭਰਾ ਲੜਦੇ ਤੇ ਨਹੀਂ ਆਪਸ ਚ ਕੰਮ ਕਰਨ ਤੋਂ ਲੈਰ ਕੀ ਮੈਂ ਪਾਣੀ ਲਾਇਆ ਤੇ ਅਗਲੀ ਵਾਰੀ ਤੂੰ ਲਾਈ ਆ ਮੈਂ ਐਰਗੀ ਸਪਰੇਅ ਕੀਤੀ ਨਹੀਂ ਉਹ ਜ਼ਮੀਨਾਂ ਖੋਏ ਜ਼ਮੀਨਾਂ ਖੋਏ ਇਹ ਜਦ ਪਿੱਟਣ ਆਏ ਤੁਹਾਡੇ ਕੋਲ ਇਹ ਕਾਤੋਂ ਆਏ ਤੁਹਾਡੇ ਕੋਲ ਇੱਥੇ ਭਾਈ ਮਰਨੇ ਜਗ੍ਹਾ ਬਾਜੀ ਉਹ ਜਿਹੜੀ ਉਹ 100-100 ਜਿਹੜੀਆਂ ਪੈਲੀਆਂ ਨੇ ਉਹ ਹਿੱਸੇ ਹੁੰਦੀਆਂ ਉਹ ਹੀ ਬਣਦੀਆਂ ਨੇ ਸਾਡੇ ਹਿੱਸੇ ਆਈਆਂ ਨੇ ਕੋਈ ਮੁਰਗੀ ਇੱਕ ਆਈ ਹੈ ਤੇ ਜਿੱਦਾਂ ਇਹਨਾਂ ਕੱਢੀਏ ਨਹੀਂ ਮੇਰੇ ਹਿਸਾਬ ਨਾਲ ਤੇ ਇੰਨੇ ਕੁ ਕੇਸ ਲੜੇ ਆ ਜਿੰਨੇ ਕੁ ਕੁੱਤੇ ਲੜੇ ਬਿਆਰ ਦੇ ਰਾਤ ਤੇਰੇ ਕੀ ਯਾਰ ਫਿਰ ਉਹਨਾਂ ਨੂੰ ਮੈਂ ਛਡਾਉਣਾ ਰਹਿੰਦਾ ਰਾਜ ਅੱਛਾ ਵਕੀਲ ਸਾਹਿਬ ਹੁਣ ਮੇਰੀ ਗੱਲ ਸੁਣੋ ਉਹ ਬੰਦਾ ਕੋਈ ਆਪਣਾ ਕੋਈ ਕੇਸ ਲੜਨ ਲੱਗਿਆ ਕੋਈ ਪ੍ਰੂਫ ਆਉਂਦਾ ਕੋਈ ਕਾਪੀ ਪੈਸ ਤੇ ਲਿਆ ਉਹ ਬੰਦਾ ਉੱਤੇ ਉੱਤੇ ਆ ਪ੍ਰੋਫੈਸ਼ਨਲ ਆ ਜੀ ਵੈਸੇ ਜੋ ਬਾਈ ਨੇ ਚਸ਼ਮਾ ਰੱਖਿਆ ਕੇਸ ਵੀ ਲੜਨਾ ਤਾਂ ਹੈ ਹੀ ਇੰਨਾ ਹੈ ਲੜਨਾ ਕੀ ਹੈ ਨੂੰ ਇੰਨਾ ਨਹੀਂ ਬੰਦਾ ਉਹਨੂੰ ਦੋਸਤ ਦਾ ਬਗੈਰ ਤਾਂ ਦੱਸ हां चोरी ये वैसे ही आ वैसे ही ये समझ लो कि लाइट बंद कर लो तो इथे देख लो किसी दा रोदा कुछ नहीं है अच्छा लाइट बंद कर लो ऐड कर वाले जी साहब ਸਾਡਾ ਧੋਖਾ ਨਾ ਕਰੇ ਬੜੇ ਮਾਰੇ ਘਰ ਦੇ ਅਸੀਂ ਅੱਗੇ ਬੜੇ ਧੱਕੇ ਹੋਏ ਆ ਤੁਸੀਂ ਵੀ ਧੱਕਾ ਕਰਤਾ ਨਾ ਇਹਦੇ ਫਿਰ ਮਾਰੀ ਜਾਣਾ ਤੁਹਾਨੂੰ ਪਰ ਕਿੰਨੇ ਆ ਕਿੰਨੇ ਆ ਕਿੰਨੇ ਵੀਰ ਕਿੰਨੇ ਬਾਅਦ ਚ ਲਾ ਲਓ ਏ ਕੋਈ ਕੇਸ ਆਪਣਾ ਦੱਸੋ ਯਾਰ ਨਾ ਹੀ ਵੇਲੇ ਆ ਵੇਲੇ ਅਸੀਂ ਦੱਸੋ ਕੇਸ ਕੇਸ ਕੀ ਹੈ ਤੁਹਾਡਾ ਵਕੀਲ ਸਾਹਿਬ ਮੇਰੀ ਗੱਲ ਸੁਣੋ ਮੇਲੋ ਚੱਲ ਆ ਲੈ ਜਨਾਬ ਖਰਾਬ ਕਰਨਾ ਹੈ ਦੇ ਆ ਚੱਲ ਜੀ ਬਾਹਰ।